खेती कानूनों के खिलाफ जिथे देश भर के किसान दिल्ली के बॉर्डर से डटे हुए ने उथे ही आम लोगों के वालों भी उन्हों का पूरा साथ दिता जा रहा है। इस दे चलते होंगकोंग अते लुधियाना दिया संगता दे वलो दिल्ली दे बॉर्डर उत्ते किसानां नूं ठंड अते खांसी जुकाम तो बचाउण दे लई एक खास किस्म दी देसी दवाई वंडी गई। देखो सिंगू बॉर्डर तो सज्जन सैनी दी पूरी रिपोर्ट। की नाम है जी अपना? मैं जसविंदर कौर, मैं लुधियाना तो आई हां। तुसी किसान संघर्ष च आए हो, की सहयोग करे हो? असीं किसान संघर्ष आ के असीं किसानां दीआं बेटियां आ, किसानां दे वीरां दे नाल असीं आई हां। ਅਸੀਂ ਆ ਕੇ ਵੈਸੇ ਇਸ ਟਾਈਮ ਅਸੀਂ ਫੋਰਨ ਤੋਂ ਆਈਆਂ ਹੋਈਆਂ ਹਾਂ, ਫੋਰਨ ਤੋਂ ਆਈਆਂ ਹੋਈਆਂ ਅਸੀਂ ਭੈਣਾਂ। ਇਹ ਉੱਥੋਂ ਸਾਡੇ ਵੀਰ ਜੀ ਨੇ ਬਾਹਰੋਂ ਹਾਂਗਕਾਂਗ ਤੋਂ ਦਵਾਈ ਭੇਜੀ, ਸਰਦਾਰ ਸ਼ੇਰ ਸਿੰਘ ਨੇ। ਜੋ ਅਸੀਂ ਦਵਾਈ ਅਸੀਂ ਉੱਥੇ ਵੰਡਣ ਲੱਗੇ ਹਾਂ, ਜਿਹੜੀ ਕਿ ਨਜ਼ਲਾ, ਖਾਂਸੀ, ਜ਼ੁਕਾਮ, ਬੁਖਾਰ ਵਗੈਰਾ ਇੱਦਾਂ ਦੀਆਂ ਦਵਾਈ, ਮਤਲਬ ਉਹਦੀ ਦਵਾਈ ਭੇਜੀ ਹੋਈ ਹੈ। ਲੀਕਰ ਦਵਾਈ ਆ ਜੋ ਕਿ ਪਤਾਸੇ ਦੇ ਵਿੱਚ ਪਾ ਕੇ ਦੋ ਬੂੰਦਾਂ ਪਾ ਕੇ ਉਹ ਖਾ ਸਕਦੇ ਆ। ਵੈਸੇ ਦੁੱਧ ਦੇ ਵਿੱਚ, ਅਸਲੀ ਦੁੱਧ ਦੇ ਵਿੱਚ ਪਾ ਕੇ ਪੀਣ ਵਾਲੀ ਆ। ਦੋ ਬੂੰਦਾਂ ਬੜਿਆਂ ਵਾਸਤੇ, ਬੜੇ ਵਾਸਤੇ ਦੋ ਤਿੰਨ ਬੂੰਦਾਂ, ਛੋਟੇ ਵਾਸਤੇ ਇੱਕ ਬੂੰਦ ਪਾ ਕੇ ਬੱਚੇ ਨੂੰ ਵੀ ਦੇ ਸਕਦੇ ਆ। 3 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਆ। ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ, ਸਰਕਾਰ ਹਾਲੇ ਤੱਕ ਕਾਨੂੰਨਾਂ ਦੇ ਉੱਤੇ ਜਿਹੜੀ ਹੈਗੀ ਕੋਈ ਹੱਲ ਨਹੀਂ, ਮਸਲਾ ਨਹੀਂ ਹੱਲ ਕਰੀ। ਗੱਲ ਕਿ ਪਤਾ ਕਿ ਗੌਰਮੈਂਟ ਦੇ ਤਾਂ ਬੇਸ਼ਰਮ ਬਣ ਚੁੱਕੀ ਆ, ਕਾਨੂੰਨਾਂ ਦੀ ਤਾਂ ਨਹੀਂ। ਦੁਨੀਆ ਜਾਗ ਗਈ, ਪੂਰਾ ਵਰਲਡ ਜਾਗ ਗਿਆ ਕਿ ਦੁਨੀਆ ਨੂੰ ਇਹ ਪਤਾ ਨਹੀਂ ਲੱਗਿਆ, ਸਾਡੀ ਸਰਕਾਰ ਨੂੰ, ਮੋਦੀ ਸਰਕਾਰ ਨੂੰ ਕੁਛ ਨਹੀਂ ਪਤਾ। ਬਿਲਕੁਲ ਬਸ਼ਰਮ ਬਣ ਚੁੱਕੀ ਹੈ, ਤਾਂ ਇਹ ਕੰਮ ਕਰ ਰਹੀ ਹੈ। ਨਹੀਂ ਕਿ ਕਿਸਾਨ ਇੰਨੇ ਘੱਟੋ ਘੱਟ 74 ਤੋਂ 75 ਤੋਂ ਉੱਪਰ ਕਿਸਾਨ ਮਰ ਚੁੱਕੇ ਆ, ਸਾਰੇ ਠੰਡ ਦੇ ਨਾਲ ਹੀ ਮਰੇ ਆ, ਕੋਈ ਇਸ ਤਰ੍ਹਾਂ ਨਹੀਂ ਮਰੇ, ਠੰਡ ਦੇ ਨਾਲ ਮਰ ਰਹੇ ਆ। ਸਭ ਕੁਝ ਪਤਾ ਲੱਗ ਰਿਹਾ, ਖਬਰਾਂ ਲੱਗ ਰਹੀਆਂ, ਸਭ ਕੁਝ ਹੋ ਰਿਹਾ ਆ, ਮਗਰ ਗੋਦੀ ਮੀਡੀਆ ਉੱਪਰ ਦੇ ਵੀ ਨਹੀਂ ਰਿਹਾ। ਬਾਕੀ ਐਸੀ ਕੋਈ ਗੱਲ ਦੇ ਲੋਕ ਕਿੰਨੇ ਜਾਗਰੂਕ ਆ ਇਸ ਨੂੰ ਲੈ ਕੇ? ਸ਼ਹਿਰਾਂ ਦੇ ਲੋਕ ਬਹੁਤ ਜਾਗਰੂਕ ਆ, ਅਸੀਂ ਵੀ ਸ਼ਹਿਰਾਂ ਤੋਂ ਆਏ, ਲੁਧਿਆਣਾ ਸ਼ਹਿਰ ਤੋਂ ਆਏ, ਅਸੀਂ ਬਹੁਤ ਜਾਗਰੂਕ ਆ। ਅਸੀਂ ਉੱਥੇ ਦੇਖਿਆ ਸਾਰੇ ਸੰਘਰਸ਼ ਦੇ ਵਿੱਚ, ਉੱਥੇ ਇੱਕ MD ਮੌਲ ਆ, ਉੱਥੇ ਮੌਲ ਆ ਬੜੇ ਬੜੇ, ਉਹਨਾਂ ਦੇ ਮੂਹਰੇ ਧਰਨੇ ਦਿੱਤੇ, ਉਹਨਾਂ ਨੂੰ ਬੰਦ ਕਰਵਾਇਆ ਹੋਇਆ ਇਹਨਾਂ ਨੇ, ਸ਼ਹਿਰਾਂ ਵਾਲਿਆਂ ਨੇ ਵੀ। ਕਿਸਾਨ ਤਾਂ ਜਾਗ ਹੀ ਜਾਗਿਆ, ਪਰ ਸ਼ਹਿਰਾਂ ਵਾਲੇ ਵੀ ਜਾਗ ਗਏ ਆ ਇਸ ਟਾਈਮ ਤਾਂ, ਐਸੀ ਕੋਈ ਗੱਲ ਨਹੀਂ।